ਬਾਜੀ ਨੇ ਇਹਦੇ ਵਿੱਚ ਨਾ ਚਾਨਣੀ ਚਾਨਣੀ ਗਵਾਤੀ ਸੋਚਦੀ ਹਾਂ ਆਟਾ ਕੱਢਿਆ ਬਾਜੀ ਨੇ ਤੇ ਉਹ ਸੁੱਕਿਆ ਵਿੱਚ ਤੇ ਡਰਮੀ ਕੱਢੀ ਨਹੀਂ ਛਾਨਣੀ ਵਿੱਚ ਹੀ ਆ ਇਹਦੇ ਤੇ ਕੱਲ ਭਾਜੀ ਨੇ ਆਟਾ ਪਾਇਆ ਤੇ ਛਾਨਣੀ ਜਿਹੜੀ ਬਾਹਰ ਹੀ ਨਹੀਂ ਕੱਢੀ ਤੇ ਅੱਜ ਰਿੰਪੀ ਨੂੰ ਦੇਂਦੇ ਤੇ ਕੱਢ ਕੇ ਵੇਖ ਨਹੀਂ ਪਈ ਆ ਨਿਕਲਣ ਨਹੀਂ ਡਈ ਇਹਨੇ ਮੂੰਹ ਵੀ ਫੇੜਿਆ ਆਪਣਾ ਨਾਲ ਆਟੇ ਦੇ ਨਿਕਲਣ ਡਈ ਆ ਮੈਨੇ ਭਲਾ ਅੱਜ ਕੱਢ ਲੈਂਦੀ ਕੱਲ ਦੋਨਾਂ ਨੇ ਜ਼ੋਰ ਲਾਇਆ ਦੋਨਾਂ ਭਰਾਵਾਂ ਨੇ ਲੱਭਣ ਡਈ ਆ ਹਨਾ ਨਿਕਲ ਜਾਣੀ ਆ ਥੋੜੀ ਜਿਹੀ ਕੋਸ਼ਿਸ਼ ਹੋਰ ਉਧਰ ਵੇਨੇ ਕੀ ਕਰਦੇ ਨੇ ਤੂੰ ਛਾਨਣੀ ਕੱਢ ਅੱਜ ਖਲਾਰਾ ਬੜਾ ਪਿਆ ਜੇ ਸਫਾਈ ਕਰਨੀ ਆ ਨਹੀਂ ਤੁਸੀਂ ਕਰਨ ਡੇ ਹੋ ਆਪਾਂ ਬਾਜ਼ਾਰ ਜਾਣਾ ਨਾ ਅੱਜ ਕੀ ਕਰਨਾ ਕਹਿ ਜੇ ਪਤਾ ਬਾਜ਼ਾਰ ਜਾਣਾ ਫਿਰ ਇਹ ਵੀ ਪਤਾ ਹੋਊਗਾ ਕੀ ਕਰਨ ਜਾਣਾ ਤੁਸੀਂ ਵੀ ਜਾਣਾ ਹੈ ਤੁਸੀਂ ਵੀ ਜਾਣਾ ਹੈ ਕਰ ਲਓ ਫਿਰ ਜਾਂਦੇ ਹਾਂ ਸ਼ੈੱਡ ਬਣੀ ਗਿਆ ਕੀ ਹੈ ਲਵੀ ਪਰਾਠਾ ਵੀ ਸੁੱਟ ਚੁੱਚ ਪਤਾ ਨਹੀਂ ਉਹਨੇ ਛਾਨਣੀ ਕੱਢੀ ਕਿ ਨਹੀਂ ਬਾਹਰ ਵੇਖਦੇ ਹਾਂ ਭਲਾ ਨਿਕਲ ਗਈ ਕਿਉਂ ਨਾ ਬਣਾਵਾਂ ਮੈਂ ਤੇ ਵਿਖਾਵਾਂ ਇਹਦਾ ਹਾਲਤ ਵੇਖੋ ਘੁਲਣ ਡਈ ਆਟੇ ਦੇ ਨਾਲ ਵਾਲ ਵੀ ਰੰਗੇ ਤੂੰ ਤੇ ਇਹਦੇ ਨੂੰ ਲਫਾਈ ਲਾਗਟੀ ਕਰ ਲੈਣੇ ਵਾਲ ਕੱਢ ਲਿਓ ਬੱਲੇ ਕਮਲਬਾਜੀ ਹੈ ਹੀ ਨੀ ਮਾਰ ਕੱਢ ਕੇ ਰੱਖ ਕੇ ਆਈ ਹਜ਼ਾਰ ਰੁਪਇਆ ਮਿਲਣਾ ਰਿੰਪੀ ਨੂੰ ਬਣੀ ਵੇਖੋ ਕੀ ਮੰਮੀ ਜੀ ਨੇ ਕੱਢ ਤੀ ਛਾਨਣੀ ਗੀਤੇ ਦੱਸ ਨਾਲੇ ਗੀਤਾ ਕਹਿੰਦਾ ਨਹੀਂ ਨਿਕਲਣੀ ਉਹ ਪਰਲੇ ਵੇਲੇ ਨਾਲੇ ਏਦਾਂ ਹੀ ਬਣੀ ਰਹੀ ਆ ਵੇਖ ਲੋ ਇਹਨਾਂ ਨੇ ਕੱਢ ਲਈ ਜੇ ਰਿੰਪੀ ਨੇ ਛਾਨਣੀ ਕੱਢ ਤੀ ਢੱਡ ਦੋਨਾਂ ਕੋਲ ਨਹੀਂ ਨਿਕਲੀ ਤੇ ਉਹ ਬਣੀ ਵੇਖੋ ਕੀ ਆ ਕਮਲ ਭਾਜੀ ਨੇ ਇਨਾਮ ਰੱਖਿਆ ਹੈ ਮੈਂ ਕਹਿਣੀ ਆ ਕਮਲ ਭਾਜੀ ਨੇ ਇਨਾਮ ਰੱਖਿਆ ਹੈ ਤੁਸੀਂ ਕਿੱਡੇ ਚਲਾ ਡਰਮੀ ਬਾਹਰ ਕੱਢ ਕੇ ਹਜ਼ਾਰ ਰੱਖਿਆ ਸੀ ਹਜ਼ਾਰ ਹੀ ਨਹੀਂ ਪਤਾ ਲੱਗਦਾ ਉੱਡ ਉੱਡ ਪੈਣ ਵਾਲਾ ਵਾ ਨਿਕਲ ਜਾਣੀ ਮੁੱਦੀ ਪਈ ਸੀ ਉੱਤੇ ਆਟਾ ਪਾਤਾ ਤੇ ਹਿੱਲਦੀ ਵੀ ਨਹੀਂ ਮੈਂ ਪਤਾ ਕੀ ਕੀਤਾ ਇੱਧਰ ਮੈਂ ਪਤਾ ਕੀ ਕੀਤਾ ਮੈਂ ਏਦਾਂ ਹੱਥ ਮਾਰ ਕੇ ਉਹਨੂੰ ਨਾ ਏਦਾਂ ਹਿਲਾਇਆ ਫਿਰ ਐਨ ਕਰ ਲਈ ਇਹ ਦਿਮਾਗ ਹੀ ਜੋ ਕਿ ਇਹਨਾਂ ਕੋਲ ਹੈ ਨੀ ਇਹ ਬਸ ਜਿਦੜੀ ਵਾਲੇ ਨੇ ਕੱਲ ਇਹਨਾਂ ਬਾਹਾਂ ਲਪੇੜੀਆਂ ਹੀ ਦੋਨਾਂ ਭਰਾਵਾਂ ਨੇ ਹੈ ਭਾਂਡੇ ਬੜੇ ਲਪੇੜੇ ਇਹਨੇ ਦੇ ਪਰ ਨਿਕਲੀ ਚੁੰਚੇ ਨਾਲ ਨਹੀਂ ਨਿਕਲੀ ਕਿਸੇ ਨਾਲ ਨਹੀਂ ਨਿਕਲੀ ਹੱਥ ਨਾਲ ਨਿਕਲੀ ਏਦਾਂ ਕਰਕੇ ਕਿ ਮੈਂ ਇੱਥੋਂ ਇੱਥੋਂ ਏਦਾਂ ਹੱਥ ਪਾਇਆ ਇਹਨੂੰ ਏਦਾਂ ਕੀਤਾ ਫਿਰ ਏਦਾਂ ਚੁੱਕ ਲਿਆ ਚਲੋ ਠੀਕ ਪਾਜੀ ਪੱਗ ਬਣਵਾ ਕੇ ਆਏ ਨਹੀਂ ਭਾਜੀ ਗੁੱਸੇ ਚ ਗੁੱਸੇ ਚ ਦੰਦ ਕੱਢੀ ਜਾਨੀ ਐ
अपना दुर्गा वाला रूप दिखा दे। बोली ना कुछ बोली कुछ गुस्से हो गया मैं चार हाथ ने मेरे जान के प्लानिंग की थी कि जा मैं कुछ नहीं बोला गुस्से तो बोले नहीं ने बोले हम भी बस सुन ले मैं तो लगा ही नहीं गुस्सा बस कुछ भी नहीं बोले ही नहीं ये आलू वाले परांठे बनांदी पई आ दो जने बैठे खान बार बार बैठे ਉਹ ਕਹਿੰਦੇ ਪਹਿਲਾਂ ਆਪਣੇ ਘਰ ਵਾਲੇ ਨੂੰ ਪੁੱਛਣ ਦੀ ਤੇ ਭਾਬੀ ਨੇ ਹੋਰ ਕਿਸੇ ਨੂੰ ਨਹੀਂ ਕਿਹਾ ਖਾ ਲਾ ਨਹੀਂ ਦੋ ਲੈ ਕੇ ਭੁੱਖ ਸਾਰਿਆਂ ਨੂੰ ਲੱਗੀ ਭੁੱਖ ਸੱਚੀ ਬੜੀ ਲੱਗੀ ਸਵੇਰ ਦਾ ਸਾਗ ਧਰਿਆ ਸੀ ਨਾ ਸਵੇਰ ਦਾ ਸਾਗ ਧਰਿਆ ਸੀ महाराणी डई अपने सूट कढ़न ते उधर वेख घर वाले नूं कम लाया वेख भाजी बेचारे नूं कम लाया भाजी तुहानूं कम लाया वोटी ने आंसू दिखाउण डे आंसू उधर वेंदी नहीं है नहीं भी आप कहते सारे हेल्प करके ना थोड़ा बहुत कर कमल भाजी चाह स्वाद बनाते सारयां नूं सति श्री अकाल ते अज असीं बटाले चले आ फिर बटाले शॉपिंग ते अज साडी सारी फैमिली चली आ बटाले इधर भाजी वाल वेखो ओ सिमर दे बूट पौण इधर मम्मी रेडी आ अपना पर्स फड़ के इधर व्याह वाले मुंडे ने अज पग बन्नी आ वधिया लगे चलो चलिए दीप रेडी आ चलिए मेरे सूट दा लफाफा फड़ लेना फड़ लियो मेरे सूट फड़ो स्टिच करने देने आ जेड़े स्टिच करने वाले आ और जेड़े सेट होने वाले ओ दे के आने आ ते नाले अहीं बटाले चले आ बटाले वेखो की लैना है वेखदे जाके अजे कोई सलाह नहीं है उदे ही जाना घूमण चलिए बाहर धोपा सवेर दे पहला साग फिर परौंठे हुण तुर पे बाजार मैं बंद कीता सिमर अजे अंदर ही आ तानू घरे बंद करके जाना ही पाजी अंदर ही ठीक ही अच्छा ਮਾਦੇ ਹੋ ਗਿਆ ਲੈ ਮਾਦਰ ਮੈਂ ਬਟਾਲੇ ਜਾਣਦੇ ਆ ਜਾਣਦੇ ਆ ਵਿਆਹ ਵਾਲਾ ਮੁੰਡਾ ਚਲਾ ਰਿਹਾ ਗੱਡੀ ਗੱਡੀ ਛੱਡੀ ਹੈ ਇਹਨੇ 46 ਦੀ ਸਪੀਡ ਤੇ ਹੁਣ 47 ਹੋ ਗਈ ਹੈ ਹੁਣ 48 ਹੋ ਗਈ ਹੈ ਜੀ ਦੱਸ ਨਹੀਂ ਜੁਗੀ ਜ਼ਿਆਦਾ ਸਪੀਡ ਨਹੀਂ ਦੇਣੀ ਕੋ ਆਏਗਾ बोटम दुपट्टा
ਕੋਈ ਆ ਗਿਆ ਫੇਰ ਸੂਟ ਵੇਖਣ ਸੰਦ ਨੀ ਆ ਇਹ ਵੇਖਣ ਡੇ ਹੈ ਸੋਹਣੇ ਆ ਤਿੰਨਾਂ ਨੇ ਪਾਏ ਆ बनाई बाजी तो बटन लता जे आहो नहीं लुधियाने वेख लेगी पता नहीं की करते भरा तिने कोड़ पा पा के वेखन डे आ इन्हों आ ज्यादा खबे पर पग पग दे हिसाब ना सोचन दी मैं भाजी पग दे हिसाब ना केड़ा नहीं मेनू नहीं पसंद वो लैन दे चल अपनी मर्जी करा ने अपनी मर्जी दे हड्डी नहीं सुन दे है ना संदीप ਸਾਨੂੰ ਨੀ ਇਹ ਕਹਿੰਦੇ ਤੁਸੀਂ ਸੂਟ ਆ ਰਹੀ ਨੀ ਪੁੱਛਦੀਆਂ ਇਹ ਨੀ ਪੁੱਛਣਾ ਨਹੀਂ ਬਟ ਆਪਾਂ ਪੁੱਛਦੀ ਆ ਹਾਂ ਮੈਂ ਤੇ ਫੋਨ ਕਰਕੇ ਵੀ ਵੀਡੀਓ ਕਾਲ ਕਰਕੇ ਦਿਖਾਇਆ ਹੀ ਹੈ ਨਾ ਮੈਂ ਵੀਡੀਓ ਕਾਲ ਕਰਕੇ ਵੀ ਦਿਖਾਇਆ ਹੀ ਇਹਨਾਂ ਨੂੰ ਭੁੱਖ ਲੱਗੀ ਆ ਸੰਦੀਪ ਪਰਸ ਵੇਖਣ ਦੀ ਹੁਣ ਉਦਣ ਆ ਲੱਗੇ ਆ ਵਾਲੇ ਅੱਜ ਸੋਹਣੀ ਚੀਜ਼ ਦੇ ਇੱਥੇ ਚਾਹੀਦੀ ਜੀ ਚੱਚਾ ਵੀ ਜਾਵਾ ਤੇਰੇ ਪਸੰਦ ਵਾਲੇ ਲਾ ਪਰਸ ਲੈਣੇ ਇਹਨਾਂ ਨੂੰ ਦੁਪੱਟਾ ਵੀ ਆ लगी मिल जूगी फ्रेश पीस इन्हां नालों नहीं सोना वो वाला ही परल वाला ही परल वाला फड़ है एक करी पर्स सोना लगा
सिमर होना ने अगे चलने शेरा वाला दरवाजा ना वो वाले बाजार चली है। फोटो खिची ही मेरी उधर बीच कि हाँ खिची ही एक मिनट भाजी वापस मुड़ गए कि कितने चल गए जितने होना वेखण गए ना जेड़ा समान लिया वो गड्डी च रखण गए आ बंद साहब ठीक आ आप जाना बाजार चाहिए है पर आप ते आए ही मम्मी जी तो देखे ही नहीं बाजार फुट भरे दो ठीक है बजे तो गाड़ी ठंडी हो लगा हां बढ़िया ले जाओ कितने पैकेट लाने जी साडी कमल दा वाया सानू गोडे गोडे चा ਮਾਲ ਖਰੀਦਣ ਆਏ ਆ ਦੁਕਾਨ ਤੇ ਆਏ ਆ ਖਰੀਦਾ ਖਰਾਦੀ ਕਰਨ ਆਏ ਆ ਬਟਾਲੇ ਆਏ ਆ ਯਾਰ ਕਿਆ ਰੁਪਏ ਆ ਜੀ ਵਧੀਆ ਕੀ ਆਦਾ ਜੀ सारा समान मिलता घड़ी बड़ी कहन दिखाई करता गुरमट हार मिली बना तीन लिया वादिया ਮੈਂ ਸੁਟਨੇ ਦਾ ਵਾ ਡੈਡੀ ਛੁੱਟੀ ਲੈ ਲਿਆ ਕੁਛੜੀ ਲੈਣੀ ਡੈਡੀ ਹੈ ਤੇ ਮੇਰਾ ਆਪੇ ਭਰਾ ਵੱਡਾ ਛੁੱਟ ਹੋਊਗਾ ਹਾਂ ਦੂਜੇ ਪੈ ਲਾ ਕੀ ਕਰਦੇ ਵੱਡੇ ਭਰਾ ਨੂੰ ਕਹਿ ਵੱਡੀ ਕਿਆ ਛੁੱਟੀ ਪਾਣ ਨਾਲ ਦੀਦੀ ਲਾ ਸਕਦਾ ਉਹ ਐਦਾਂ ਨਹੀਂ ਦੀਦੀ ਹੋਇਆ ਕੁੜੀਆਂ ਦੀ ਗੱਲ ਉਹ ਕਰਨਾ ਹੈ ਜਿਹੜਾ ਕਰਦਾ ਜੀ ਭਾਵੇਂ ਕਰਦਾ ਦੁਰਮਟ ਆ
ਉਹਦਾ ਨਾਂ ਕੀ ਦੁਰਮਟ ਆ ਉਹਦਾ ਨਾਂ ਦੁਰਮਟ ਆ ਤੁਸੀਂ ਲੋੜ ਵੀ ਜੇਬ ਨਹੀਂ ਪਾਣਾ ਮਾਨ सवेर दे आए हैं शायद शाम के 7 बज गए हजे तक बाजार तो बाहर निकल गए कमल शेरवानी वेख ला भाई कमल शेरवानी एक पैसा वाली एक वाली जेड़े पहला दिखाए ही फिर आ ले लो पिंक सगना वाली मैं भी हाँ जी ये ठीक है पिंक सही है सगन ते है ना केंची ना कट ला यार छज तोड़ना ही है जागो दे पग भी लानी पैदा ओदी बनूंगे और ते फिर दुपट्टा ही तो मजंडा ही लेना पैना एही कहंदी मैं जिस रंग की मर्जी पग बनो गोल्डन हक ना जचे सारिया सोनी जरा मर्जी कोई वादा नहीं है नहीं फर्क है रानी कन्ना का छोटा पल्लू लेके आ वखरा बैठे आडे कन्ना लागे बह के लड़न दे छज लेना समान डिगी मर जाएगा गोदी च फड़ लांगे साज और नहीं इस डिजाइन है ही है साज ते है नहीं अंदर तो डिजाइन साज दे दे तोड़ना ही है ओदा ते तोड़ना ही है साज साज दे कितना डिजाइन चाहिए साज दे ना और एक चीज चाहनी है बद जितना मर्जी मेरी बहन बढ़िया लवो तोड़ना ही है तोड़ जाना सारा ही पूरा टेड हो है ना ये तो हट गई साज दा फिर 500 एक ना बच जाना चल दी है मजंटा वाले ਪਾਰੀ ਪਿਆਸੇ ਨਹੀਂ ਉੱਚੀ 500 ਰੁਪਏ ਕਰਾਉਂਦੇ ਆ ਇਹਦੀ ਘਰ ਵਾਲੀ ਉਹ ਪੱਲੇ ਕਨੇ ਬੈਠੀ ਆ ਹਾਂ ਤੇ ਮਾੜੀ ਭੈਣ ਨੇ ਆਪਾਂ ਦੋ ਭਰਾਵਾਂ ਅੱਛਾ ਦੋਵਾਂ ਭੈਣਾਂ ਇੱਕੋ ਘਰ ਅੱਛਾ ਮਖ ਲੈ ਲੈ ਮਾਣਾ ਨੀਚੇ ਲੈ ਆਉਣਾ ਨਾ ਸਮਾਨ ਸ਼ੇਰਵਾਨੀ ਆ ਲਿੰਗ ਟੋਕਰੀ ਚਲ ਆਇਆ ਹੁਣ जिथों आप आए ही सारा समान खरीदया बटाले कलर मिलन गए फिर ਮੈਂ
मेरे सूट में कौन चलूगा ਸ਼ੇਰਾਂ ਵਾਲਾ ਬਾਜ਼ਾਰ ਜਿਹੜਾ ਐਂਡ ਤੇ ਆ ਕੇ ਦੁਕਾਨ ਆ ਹਨਾ ਲਾਗੇ ਇੱਥੇ ਬਾਬੇ ਦਾ ਲਾਗੇ ਹੀ ਗੁਰਦੁਆਰਾ ਸਾਹਿਬ ਆ ਉਹ ਵੀ ਕਿਰਪਾਨ ਫੜ ਕੇ ਪਹਿਲਾਂ ਹੀ ਭਾਜੀ ਤੇਰੀ ਜਾਣ ਡਈ ਨਹੀਂ ਭਾਜੀ ਨੇ ਕਿਰਪਾਨ ਪਹਿਨੀ ਜਾਣ ਡੇ ਫੜ ਕੇ ਅਜੇ ਅਸੀਂ ਕਾਦੀਆਂ ਜਾਣਾ ਹੀ ਹੈ ਮੰਮੀ ਜੀ ਹਨੇਰਾ ਹੋ ਜਾਣਾ ਇਹ ਕਹਿੰਦੇ ਥੋੜਾ ਟਾਈਮ ਹੁੰਦਾ ਹਨਾ ਸੰਦੀਪ ਫਿਰ ਵੇਖ ਲਓ ਅੱਜ ਪੂਰਾ ਦਿਨ ਸਾਰਾ ਦਿਨ ਘਰੋਂ ਕਿੰਨੇ ਵਜੇ 2 ਵਜੇ ਘਰੋਂ ਸਾਗ ਬਣਾ ਕੇ ਆਈਆਂ ਨਿਕਲੇ ਆ ਬਾਜ਼ਾਰ ਬੜਾ ਵਧੀਆ ਆ ਪਟਾਲੇ ਤੇ ਚੀਜ਼ ਸੰਦੀਪ ਕਾਫੀ ਚਿਰ ਬਾਅਦ ਆਈਆਂ ਵਾ ਤੇ ਚੀਜ਼ ਬੜੀ ਪਟਾਲੇ ਹਨਾ ਵੈਰਾਈਟੀ ਸੱਚ ਸੱਚ ਨਹੀਂ गोल गप्पे भी खा के आए आई तुम नी पता मैं घरों चाह भी नहीं पी के गई होर चाह बनाई हैगी पर मैं पी के नहीं गई कल्ली सवेर दी रोटी खाधी ओही दो बर्गर खा के फिर भंगड़ा पा के एक रील बुआ दे खोलो भूख लगी आ ले 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 लगी है बुआ नहीं खोलन दे ते हानू भूख लगी बहुत ज्यादा बर्गर खानी दरवाजा खुला नहीं अजे इधर इधर बर्गर सरगा चलना दे ये केड़े हिसाब दा घर बड़े नहीं दरवाजे खोले नहीं आ वे भुखी ये को वे ये की हिसाब आ ये ਤੁਹਾਡਾ ਕਿੰਨਾ ਬਰਗਰ ਖਾਣਾ ਇੱਕ ਉੱਥੇ ਆ ਕੇ ਖਾਂਦੇ ਆ ਇੱਕ ਉੱਥੇ ਆ ਕੇ ਘਰ ਵਿਆਹ ਰੱਖਿਆ ਤੁਸੀਂ ਬਰਗਰ ਖਾਂਦੇ ਫਿਰਦੇ ਜੀ ਰੋਟੀ ਨਾ ਟਿਪਕਾ ਖਾਇਆ ਕਰੋ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਸਕੂਨ 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 ਇੱਧਰ ਬਰਗਰ ਦੇਖੋ ਚੱਲਣ ਦੇ नूडलां वाला बर्गर ते खवा माईया मेरा नूडलां वाला बनिया हुंदा है ओ बर्गर ते खवा पैणे मेरी माता एडा बर्गर खांदे आ मोटा होण दी इधर तू ते खांदा नहीं हई चीजां ओए आ खा के दे आई हां ले लो बड़ा औखा मिलदा ही एक ने एक बटन लाता दूजे ने जो दोवे बटन लाते लिया के बनी दोवे बटन ब्लेजर ला गए दोवे जाने इधर लम्बे पै गए जो समान लिया खलार खलूर के रखता है सिम संदीप दई आ चाह बना तो मैं तड़का लाने लगी साग न चीर के रखिया ही सारा मसाला प्याज वगैरह
गाइस अहीं ना रोटी राटी बना के हुण वेले हो गए। साग तड़क लिया ही आके, तड़का तो तुहानूं पता ही आपी आप चीर के रखिया ही जांदे ही, ते हुण आके तड़का लाया ते फिर रोटी खा के हुण अहीं 10 बजे फ्री होए आ। ते अज नहीं 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 हाँ ये भी दस्यो, ते नाले ना आपां अज सूट स्टिच करने देने ही, पर सानूं बटाले ही नेरा हो गया। जदों आपां इक दुकान ते बह जांदे ना ਉੱਤੇ ਫਿਰ ਸਾਰਾ ਦਿਨ ਲੰਘ ਜਾਂਦਾ ਹਨਾ। ਦੁਕਾਨ ਸਹੀ ਹੈ ਨਾ, ਦੁਕਾਨ ਆ ਜਿਹੜੀ ਲਾਸਟ ਦੁਕਾਨ ਵੇਖੀ ਅਸੀਂ, ਜਿੱਥੋਂ ਹੀ ਸਾਰਾ ਇਹ ਸ਼ਾਪਿੰਗ ਕਰ ਲਈ, ਵਿਆਹ ਦੀ ਜਿਹੜਾ ਨਿੱਕਾ ਮੋਟਾ ਸਮਾਨ ਜਿੰਨੇ ਵੀ ਚਾਹੀਦੇ ਸੀ, ਗਾਨੇ ਗੁਨੇ ਸਾਰਾ ਕੁਛ ਲੈ ਲਿਆ। ਤੇ ਅੱਜ ਦਾ ਵਲੌਗ ਜ਼ਰੂਰ ਦੱਸਿਓ, ਤੇ ਨਾਲੇ ਕੱਲ੍ਹ ਅਸੀਂ ਕਰਦੀਆਂ ਜਾਵਾਂਗੇ, ਕੱਲ੍ਹ ਆਪਣੇ ਸੂਟ ਦਾ ਪਤਾ ਕਰਾਂਗੇ ਹਨਾ, ਬੁਟੀਕ ਦਾ ਕਿਹੜੀ ਸਹੀ ਆ ਕਿੱਦਾਂ ਹਨਾ, ਤੇ ਫਿਰ ਉੱਥੇ ਸੀਨੇ ਦੇ ਕੇ ਜਾਵਾਂਗੇ। ਤੇ ਕੱਲ੍ਹ ਦਾ ਦਿਨ ਅਜੇ ਸਾਡਾ ਇੱਥੇ ਫਿਰ ਲੱਗਣਾ, ਕੱਲ੍ਹ ਸ਼ਾਮ ਨੂੰ ਅਸੀਂ ਲੁਧਿਆਣੇ ਚੱਲ ਜਾਣਾ ਵਾ। ਪਿਛਲੇ ਵਲੌਗ ਨੂੰ ਤੁਸੀਂ ਬਹੁਤ ਸੋਹਣੇ ਵਿਊ ਦਿੱਤੇ, ਪਿਛਲੇ ਵਲੌਗ ਨੂੰ ਵੀ ਤੁਸੀਂ ਬੜਾ ਵਧੀਆ ਹਾਂ ਪਿਆਰ ਦਿੱਤਾ, ਬੜਾ ਵਧੀਆ, ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ, ਤੇ ਖੁਸ਼ ਵੀ ਆਈ मतलब चैनल ते नवे आए आडे चैनल नु सबसक्राइब जरूर करो। ਪੱਗ ਬੰਨ ਬੰਨ ਕੇ ਵੇਖਣ ਡੇ ਇਹਨੇ ਰੋਟੀਆਂ ਬਣਵਾਈਆਂ ਸੀ ਨਾ ਮੇਰੇ ਨਾਲ ਇਹਨਾਂ ਨੇ, ਆਹੋ ਸਾਡੇ ਨੇ ਡੇ ਹੈਲਪ ਕਰਾਉਣ, ਮੈਂ ਭਾਂਡੇ ਧੋਣ ਡੀ, ਇਹ ਫੁਲਕੇ ਲਾਉਣ ਡੀ, ਭਾਜੀ ਨੇ ਚਿਮਟਾ ਇੱਥੇ ਧੋਣ ਤੇ ਲਾ ਲਿਆ। ਵਾਵਾ ਲੱਗਾ ਭਾਜੀ ਦਿਖਾਓ, ਹਾਂ ਆਪੇ ਲਾ ਲਿਆ, ਕਿਵੇਂ ਲਾ ਲਿਆ, ਕਿਵੇਂ ਲਾ ਲਿਆ ਦੱਸੋ ਨਾ, ਹੈਂ ਚਿਮਟਾ ਕਰਮ ਲਾ ਲਿਆ। ਲੋਕਾਂ ਨੇ ਕਹਿਣਾ ਸਿਮਰ ਸੌਂਗੇ ਉੱਧਰ ਜਾ ਕੇ ਭੰਗੜਾ ਤਾਂ ਅੱਜ ਤੋਂ ਹੀ ਸ਼ੁਰੂ ਕਰਤਾ ਵਾ ਕਿ ਵਿਆਹ ਵਾਲੇ ਦਿਨ, ਮੈਨੂੰ ਲੱਗਦਾ ਜਦੋਂ ਆਪਣੇ ਘਰ ਵਿਆਹ ਹੋਏ ਨਾ ਫਿਰ ਵਿਆਹ ਦੇ ਭੰਗੜਾ ਨੀ ਪੈਂਦਾ, ਫਿਰ ਏਦਾਂ ਹੁੰਦਾ ਰਿਸ਼ਤੇਦਾਰਾਂ ਨੂੰ ਅਟੈਂਡ ਕਰਨਾ, ਤੋਰਨਾ ਉਹਨਾਂ ਨੂੰ ਹਨਾ ਸੰਦੀਪ, ਏਦਾਂ ਹੁੰਦਾ ਵਾ। ਤੇ ਭਾਜੀ ਹੁਣ ਇਹਨਾਂ ਦੇ ਵਿਆਹ ਤੇ ਵੀ ਮੇਰੇ ਕੋ ਇੰਨਾ ਭੰਗੜਾ ਨਹੀਂ ਸੀ ਪਿਆ, ਸੱਚੀ ਨਹੀਂ ਪਿਆ ਸੰਦੀਪ, ਲੈ ਮੈਂ ਪਾ ਕੇ ਵੇਖਾਂ, ਲੈ ਇਹ ਤੇ ਮੈਂ ਕੱਲ ਡਰੈਸ ਨਾ ਪਾ ਕੇ ਨਾ ਜਾਵਾਂ ਜਿਹੜੀ ਲੁਧਿਆਣੇ ਪਾ ਕੇ ਜਾਣੀ ਇੱਦਾਂ ਹੀ। ਚਲੋ ਅੱਜ ਦਾ ਵਲੌਗ ਇੱਥੋਂ ਤੱਕ, ਮਿਲਦੇ ਹਾਂ ਤੈਨੂੰ ਨਵੇਂ ਵਲੌਗ ਦੇ ਨਾਲ, ਤਦ ਤੱਕ ਲਈ ਬਾਏ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ, ਗੁੱਡ ਨਾਈਟ। 11 ਹੋ ਗਏ ਆ ਤੇ ਆਪਾਂ ਚਾਚੀ ਹੁਣਾਂ ਲਾ ਕੇ ਬੈਠੇ ਹਾਂ, ਇਹਨਾਂ ਵੇਲੀ ਚ ਡੇਰੇ ਲਾਏ ਆ ਚਾਚਾ ਜੀ, ਨਹੀਂ ਚਾਚੀ ਨਾਰਾਜ਼ ਹੋ ਕੇ ਆ ਗਈ ਚਾਚੇ ਨਾਲ ਵੇਲੀ ਚ, ਮਜਬੂਰੀ ਜਰਾਬਾ ਨਾਲੇ ਵਲੌਗ ਵੇਖਣ ਦੇ ਕੱਪੜਿਆਂ ਲਾਗੇ ਭਾਜੀ ਡੀਜੇ ਕੋਠੇ ਦੇ ਟੈਂਟ ਲਾਏ ਹੋ ਭੰਗੜਾ ਪਾਏ।